ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਅੰਦਰ ਅਸੀਂ ਗੱਲ ਕਰਾਂਗੇ ਆਪਣੀ ਬੋਡੀ ਦੇ ਬਹੁਤ ਹੀ ਜ਼ਰੂਰੀ ਹਿੱਸੇ ਹਾਰਟ ਦੇ ਬਾਰੇ। ਜੇਕਰ ਤੁਸੀਂ ਹਾਰਟ ਦੀ ਬਿਮਾਰੀ ਤੋਂ ਬਚੇ ਰਹਿਣਾ ਚਾਹੁੰਦੇ ਹੋ ਜਾਂ ਫਿਰ ਤੁਹਾਨੂੰ ਹਾਰਟ ਦੀ ਬਿਮਾਰੀ ਹੈ ਤਾਂ ਤੁਹਾਨੂੰ ਆਪਣੇ ਖਾਣ ਪੀਣ ਦੇ ਤਰੀਕੇ ਨੂੰ ਸਹੀ ਕਰਨਾ ਪਵੇਗਾ, ਜਾਣੀ ਕਿ ਬਦਲਣਾ ਪਵੇਗਾ ਤਾਂ ਜੋ ਹਾਰਟ ਦੀ ਬਲੋਕਜ ਨਾ ਵਧੇ। ਗੱਲ ਕਰਾਂਗੇ ਅਜਿਹੇ ਫਰੂਟਸ ਦੀ, ਅਜਿਹੇ ਵੈਜੀਟੇਬਲਸ ਦੀ ਜਿਨ੍ਹਾਂ ਨੂੰ ਖਾਣ ਨਾਲ ਸਾਡੇ ਹਾਰਟ ਦੀਆਂ ਟਿਊਬਸ ਥੋੜਾ ਖੁੱਲ ਜਾਣਗੀਆਂ, ਜਿਸ ਨਾਲ ਹਾਰਟ ਦੇ ਅੰਦਰ ਬਲੱਡ ਦੀ ਸਪਲਾਈ ਜ਼ਿਆਦਾ ਹੋ ਜਾਵੇਗੀ, ਹਾਰਟ ਦੀ ਬਲੋਕਜ ਘੱਟ ਹੋਵੇਗੀ। ਫੂਡਸ ਦੀ, ਇਹਨਾਂ ਫੂਡਸ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਅਨਾਰ। ਅਨਾਰ ਨੂੰ ਇੰਗਲਿਸ਼ ਵਿੱਚ ਅਸੀਂ ਪੋਮੋਗ੍ਰੈਨੇਟ ਵੀ ਕਹਿ ਦਿੰਦੇ ਹਾਂ। ਅਨਾਰ ਦਾ ਜੂਸ ਅਤੇ ਇਸ ਦੇ ਬੀਜ ਦੋਵੇਂ ਹੀ ਹਾਰਟ ਹੈਲਥ ਲਈ ਬਹੁਤ ਹੀ ਫਾਇਦੇਮੰਦ ਹਨ। ਇਸ ਦਾ ਜੂਸ ਰੋਜ਼ਾਨਾ ਪੀਣ ਨਾਲ ਕਾਫੀ ਨਾਈਟ੍ਰੇਟ ਰਿਲੀਜ਼ ਹੁੰਦੇ ਹਨ। ਇਹ ਸਾਡੇ ਸਰਕੂਲੇਸ਼ਨ ਨੂੰ ਵਧਾਉਂਦੇ ਹਨ ਤੇ ਟਿਊਬਸ ਨੂੰ ਚੌੜਾ ਕਰਦੇ ਹਨ। ਸਾਡੇ ਬੀਪੀ ਨੂੰ ਵੀ ਕੰਟਰੋਲ ਵਿੱਚ ਰੱਖਦੇ ਹਨ, ਜਿਸ ਕਾਰਨ ਹਾਰਟ ਦੀਆਂ ਮਸਲਸ ਨੂੰ ਜ਼ਿਆਦਾ ਆਕਸੀਜਨ ਮਿਲ ਪਾਉਂਦੀ ਹੈ, ਸਾਡਾ ਹਾਰਟ ਤੰਦਰੁਸਤ ਰਹਿੰਦਾ ਹੈ। ਉਸ ਤੋਂ ਬਾਅਦ ਆਉਂਦੀਆਂ ਹਨ ਬੇਰੀਸ, ਕਿਸੇ ਵੀ ਪ੍ਰਕਾਰ ਦੀਆਂ ਬੇਰੀਸ, ਰਸ ਬੇਰੀਸ, ਬਲੂ ਬੇਰੀਸ ਸਾਡੇ ਹਾਰਟ ਲਈ ਬਹੁਤ ਹੀ ਫਾਇਦੇਮੰਦ ਅਤੇ ਗੁਣਕਾਰੀ ਹਨ। ਬੇਰੀਸ ਐਂਟੀ ਆਕਸੀਡੈਂਟ ਦੇ ਨਾਲ ਭਰਪੂਰ ਹੁੰਦੀਆਂ ਹਨ। ਇਹਨਾਂ ਦੇ ਅੰਦਰ ਐਂਥੋਮਾਈਨ ਕਰਕੇ ਇੱਕ ਕੈਮੀਕਲ ਹੁੰਦਾ ਹੈ ਜੋ ਸਾਡੇ ਹਾਰਟ ਦੀਆਂ ਟਿਊਬਸ ਨੂੰ ਚੌੜਾ ਕਰਦਾ ਹੈ। ਐਂਥੋਮਾਈਨ ਹਾਰਟ ਦੀਆਂ ਟਿਊਬਸ ਨੂੰ ਪ੍ਰੋਟੈਕਟ ਵੀ ਕਰਦਾ ਹੈ, ਇਹਨਾਂ ਦੀ ਸਟਿਫਨੈਸ ਨੂੰ ਰੋਕਦਾ ਹੈ। ਇਸ ਕਾਰਨ ਸਾਡਾ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿੱਚ ਰਹਿੰਦਾ ਹੈ। ਹਾਈ ਬਲੱਡ ਪ੍ਰੈਸ਼ਰ ਵਾਲੇ ਵੀ ਬੇਰੀਸ ਨੂੰ ਜ਼ਰੂਰ ਖਾਓ। ਉਸ ਤੋਂ ਬਾਅਦ ਆਉਂਦੀ ਹੈ ਦਾਲਚੀਨੀ। ਦਾਲਚੀਨੀ ਦੇ ਅੰਦਰ ਜੋ ਕੰਪਾਊਂਡ ਪਾਏ ਜਾਂਦੇ ਹਨ ਉਹ ਹਾਰਟ ਦੀਆਂ ਟਿਊਬਸ ਨੂੰ ਬਲੱਡ ਦੀ ਸਪਲਾਈ ਜ਼ਿਆਦਾ ਪਹੁੰਚਾਉਂਦੇ ਹਨ। ਇਹ ਬੋਡੀ ਦੇ ਅੰਦਰ ਐਂਟੀ ਆਕਸੀਡੈਂਟ ਦਾ ਕੰਮ ਵੀ ਕਰਦੀਆਂ ਹਨ। ਤੁਸੀਂ ਦਾਲਚੀਨੀ ਦੀ ਚਾਹ ਬਣਾ ਸਕਦੇ ਹੋ ਜਾਂ ਫਿਰ ਇਸ ਨੂੰ ਮਸਾਲੇ ਦੇ ਰੂਪ ਵਿੱਚ ਵਰਤ ਸਕਦੇ ਹੋ। ਇਹ ਬੇਹੱਦ ਹੀ ਫਾਇਦਾ ਕਰੇਗੀ ਸਾਡੇ ਹਾਰਟ ਲਈ। ਉਸ ਤੋਂ ਬਾਅਦ ਆਉਂਦੀ ਹੈ ਪਾਲਕ। ਪਾਲਕ ਇੱਕ ਨਾਈਟ੍ਰੇਟ ਰਿਚ ਫੂਡ ਹੈ। ਇਹ ਸਾਡੇ ਬਲੱਡ ਸਰਕੂਲੇਸ਼ਨ ਨੂੰ ਵਧਾਉਂਦੀ ਹੈ ਤੇ ਸਾਡੇ ਹਾਰਟ ਲਈ ਇਹ ਬੇਹੱਦ ਹੀ ਫਾਇਦੇਮੰਦ ਹੈ। ਪਰ ਖਿਆਲ ਰੱਖੋ, ਪਾਲਕ ਦੀ ਸਬਜ਼ੀ ਜੇਕਰ ਤੁਸੀਂ ਬਣਾਈ ਹੈ ਉਸਨੂੰ ਤਾਜ਼ਾ ਬਣਾਓ ਤੇ ਤਾਜ਼ਾ ਹੀ ਖਾ ਲਵੋ, ਉਸਨੂੰ ਬਾਰ ਬਾਰ ਗਰਮ ਕਰਕੇ ਨਾ ਖਾਵੋ। ਅਜਿਹਾ ਕਰਨ ਨਾਲ ਤੁਹਾਨੂੰ ਫਾਇਦਿਆਂ ਦੀ ਬਜਾਏ ਨੁਕਸਾਨ ਹੋ ਸਕਦੇ ਹਨ। ਉਸ ਤੋਂ ਬਾਅਦ ਆਉਂਦਾ ਹੈ ਲਸਣ। ਲਸਣ ਦੇ ਅੰਦਰ ਸਰਫਲ ਕੰਪਾਊਂਡ ਹੁੰਦੇ ਹਨ। ਇਸ ਦੇ ਅੰਦਰ ਐਲੋਸੀਨ ਕਰਕੇ ਇੱਕ ਕੈਮੀਕਲ ਹੁੰਦਾ ਹੈ, ਉਹ ਸਾਡੇ ਬਲੱਡ ਵੈਸਲਸ ਨੂੰ ਰਿਲੈਕਸ ਕਰਦਾ ਹੈ। ਤੁਸੀਂ ਰੋਜ਼ਾਨਾ 2 ਤੋਂ 3 ਕਲੀਆਂ ਲਸਣ ਦੀਆਂ ਖਾ ਸਕਦੇ ਹੋ, ਜਾਂ ਫਿਰ ਇਹਨਾਂ ਨੂੰ ਪੀਸ ਲਵੋ, ਜਾਂ ਫਿਰ ਇਵੇਂ ਹੀ ਚਬਾ ਕੇ ਖਾ ਲਵੋ। ਇਹ ਬੇਹੱਦ ਹੀ ਫਾਇਦਾ ਕਰਨਗੀਆਂ ਤੁਹਾਡੀ ਹਾਰਟ ਹੈਲਥ ਦੇ ਅੰਦਰ। ਉਸ ਤੋਂ ਬਾਅਦ ਅਗਲਾ ਹੈ ਬੀਟਰੂਟ, ਜਾਣੀ ਕਿ ਚੁਕੰਦਰ। ਇਸ ਦਾ ਤੁਸੀਂ ਜੂਸ ਬਣਾ ਸਕਦੇ ਹੋ, ਸਬਜ਼ੀ ਬਣਾ ਕੇ ਲੈ ਸਕਦੇ ਹੋ, ਸਮੂਦੀ ਬਣਾ ਸਕਦੇ ਹੋ, ਰਾਇਤਾ ਬਣਾ ਸਕਦੇ ਹੋ, ਸਲਾਦ ਦੇ ਰੂਪ ਵਿੱਚ ਇਸ ਨੂੰ ਲੈ ਸਕਦੇ ਹੋ। ਕਿਸੇ ਵੀ ਤਰ੍ਹਾਂ ਤੁਸੀਂ ਚੁਕੰਦਰ ਨੂੰ ਆਪਣੀ ਡਾਈਟ ਵਿੱਚ ਲੈ ਸਕਦੇ ਹੋ। ਇਹ ਨਾਈਟ੍ਰਿਕ ਆਕਸਾਈਡ ਬਣਾਉਂਦੀ ਹੈ। ਨਾਈਟ੍ਰਿਕ ਆਕਸਾਈਡ ਸਾਡੀ ਟਿਊਬਸ ਨੂੰ ਚੌੜਾ ਕਰਦੇ ਹਨ, ਜਿਸ ਕਾਰਨ ਸਾਰੇ ਟਿਸ਼ੂਆਂ ਨੂੰ ਡਬਲ ਬਲੱਡ ਮਿਲਣ ਲੱਗਦਾ ਹੈ। ਅਜਿਹਾ ਹੀ ਹਾਰਟ ਨਾਲ ਵੀ ਹੁੰਦਾ ਹੈ, ਹਾਰਟ ਨੂੰ ਵੀ ਡਬਲ ਬਲੱਡ ਮਿਲਣ ਲੱਗਦਾ ਹੈ। ਇਸ ਦੇ ਨਾਲ ਨਾਲ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦੀ ਹੈ। ਹਾਈ ਬੀਪੀ ਵਾਲਿਆਂ ਲਈ ਬੀਟਰੂਟ ਬੇਹੱਦ ਹੀ ਫਾਇਦੇਮੰਦ ਤੇ ਗੁਣਕਾਰੀ ਹੈ। ਹਾਰਟ ਦੇ ਅੰਦਰ ਖੂਨ ਦੀ ਸਪਲਾਈ ਨੂੰ ਵੀ ਵਧਾਉਂਦੀ ਹੈ। ਜੇਕਰ ਤੁਸੀਂ ਆਪਣੇ ਹਾਰਟ ਦੀ ਹੈਲਥ ਨੂੰ ਸਹੀ ਰੱਖਣਾ ਹੈ ਤਾਂ ਬੀਟਰੂਟ ਨੂੰ ਜ਼ਰੂਰ ਹੀ ਆਪਣੀ ਡਾਈਟ ਦੇ ਅੰਦਰ ਸ਼ਾਮਿਲ ਕਰੋ। ਅਕਸਰ ਲੋਕ ਇਸ ਨੂੰ ਲੈਣਾ ਇਗਨੋਰ ਕਰ ਦਿੰਦੇ ਹਨ, ਪਰ ਇਹ ਸਾਡੀ ਹਾਰਟ ਦੀ ਹੈਲਥ ਲਈ ਬੇਹੱਦ ਹੀ ਫਾਇਦੇਮੰਦ ਹੈ। ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਹਾਰਟ ਤੰਦਰੁਸਤ ਰਹੇ, ਹਾਰਟ ਦੇ ਅੰਦਰ ਬਲੋਕਜ ਨਾ ਵਧੇ, ਇਹਨਾਂ ਫੂਡਸ ਨੂੰ ਜ਼ਰੂਰ ਹੀ ਆਪਣੀ ਡਾਈਟ ਦੇ ਅੰਦਰ ਸ਼ਾਮਿਲ ਰੱਖੋ। ਤੇ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਅੰਦਰ ਅਨੇਕਾਂ ਅਜਿਹੀਆਂ ਚੀਜ਼ਾਂ ਖਾਂਦੇ ਹਾਂ ਜਿਨ੍ਹਾਂ ਨਾਲ ਸਾਡੇ ਹਾਰਟ ਦੀ ਬਲੋਕਜ ਵਧਣ ਦਾ ਖਤਰਾ ਬਣਿਆ ਹੀ ਰਹਿੰਦਾ ਹੈ। ਉਦਾਹਰਨ ਦੇ ਤੌਰ ਤੇ ਜੰਕ ਫੂਡ, ਕੋਲਡ ਡਰਿੰਕਸ ਆਦਿ।
ਨਾ ਹੋ ਸਕਦਾ ਹੈ ਇਹਨਾਂ ਨੂੰ ਖਾਣਾ ਅਵੋਇਡ ਕਰੋ ਤੇ ਨੈਚੁਰਲ ਚੀਜ਼ਾਂ ਨੂੰ ਆਪਣੀ ਡਾਈਟ ਦੇ ਅੰਦਰ ਸ਼ਾਮਿਲ ਰੱਖੋ। ਜੋ ਚੀਜ਼ਾਂ ਤੁਹਾਨੂੰ ਦੱਸੀਆਂ ਗਈਆਂ ਹਨ ਇਸ ਵੀਡੀਓ ਦੇ ਅੰਦਰ ਉਹਨਾਂ ਨੂੰ ਤਾਂ ਜ਼ਰੂਰ ਹੀ ਖਾਓ ਜੇਕਰ ਤੁਸੀਂ ਆਪਣੀ ਹਾਰਟ ਹੈਲਥ ਨੂੰ ਸਹੀ ਰੱਖਣਾ ਚਾਹੁੰਦੇ ਹੋ। ਜੇਕਰ ਤੁਸੀਂ ਹਾਰਟ ਦੇ ਮਰੀਜ਼ ਹੋ ਫਿਰ ਤਾਂ ਜ਼ਰੂਰ ਹੀ ਇਹਨਾਂ ਚੀਜ਼ਾਂ ਨੂੰ ਆਪਣੀ ਡਾਈਟ ਦੇ ਅੰਦਰ ਸ਼ਾਮਿਲ ਕਰ ਲਵੋ। ਨੈਚੁਰਲ ਚੀਜ਼ਾਂ ਨੂੰ ਆਪਣੀ ਡਾਈਟ ਦੇ ਅੰਦਰ ਸ਼ਾਮਿਲ ਰੱਖੋ ਅਤੇ ਤੰਦਰੁਸਤ ਰਹੋ। ਉਮੀਦ ਕਰਦੇ ਹਾਂ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ। ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ ਤੇ ਚੈਨਲ ਨੂੰ ਵੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ।